ਲਾਸ਼ੀ ਜੀ ਭਾਈ ਬਸ ਤੁਰਿਆ ਆਉਂਦਾ ਸੀਗਾ, ਮਹਾਰਾਜ ਨੇ ਕਿਸਮਤ ਖੋਲ ਦੀ ਅਤੇ ਮੈਂ ਵੀ ਮਾਖਾ ਵੀ ਚਰ ਪਿਛੋਂ ਪਾਈ ਸੀਗੀ ਅਤੇ ਪਹਿਲਾਂ ਪਾਈਆਂ ਪਈਆਂ ਨਹੀਂ ਨਿਕਲਦਾ ਅਤੇ ਚੱਲ ਹੁਣ ਮਹਾਰਾਜ ਨੇ ਕਿਰਪਾ ਕਰਤੀ ਆਪਣੇ। ਹੋ ਗਏ ਆਉਂਦਾ 50-60 ਸਾਲ ਹੀ ਹੋ ਗਏ ਪਾਉਂਦਿਆਂ ਦਾ, ਹਾਂ ਕਦੇ 100 ਆਈ ਪਾਲੀ, ਕਦੇ 50 ਆਈ, ਕਦੇ 20 ਆਈ ਪਾਲੀ ਅਤੇ ਨਿਕਲੀ ਕੋਈ ਵੀ ਨਹੀਂ। ਮਨ ਦੇ ਵਿੱਚ ਖਿਆਲ ਸੀ ਆਪਦੇ ਵਿੱਚ ਵੀ ਸੋਹਣੇ ਕੰਮ ਕਰੀਏ ਅਤੇ ਜਾਣੀ ਲੋਕਾਂ ਨੂੰ ਵੀ ਇਹੀ ਸਮਝਾਈਦਾ ਜੀ ਵੇਖੋ ਜੇ ਦਰਖਤ ਲਾਵਾਂਗੇ ਬੱਚਾ ਪਾਲਾਂਗੇ ਤਾਂ ਹੀ ਹੋਊਗਾ, ਕੋਈ ਛਾਂ ਹੀ ਮਾਰ ਲੂ ਕੋਈ। ਕੀ ਨਾਮ ਬਾਬਾ ਜੀ? ਕੀ ਨਾਮ ਤੁਹਾਡਾ? ਗੁਰਦੇਵ ਜੀ। ਗੁਰਦੇਵ ਸਿੰਘ ਜੀ, ਮੁਬਾਰਕਾਂ, ਪਹਿਲਾਂ ਤਾਂ 2.5 ਕਰੋੜ ਦੀ ਲਾਟਰੀ ਨਿਕਲੀ ਹੈ, ਕਿਵੇਂ ਪਾਈ ਲਾਟਰੀ? ਲਾਟਰੀ ਜੀ ਭਾਈ ਬਸ ਤੁਰਿਆ ਆਉਂਦਾ ਸੀਗਾ, ਮਹਾਰਾਜ ਨੇ ਕਿਸਮਤ ਖੋਲ ਦੀ ਅਤੇ ਮੈਂ ਵੀ ਮਾਖਾ ਵੀ ਚਰ ਪਿਛੋਂ ਪਾਈ ਸੀਗੀ ਅਤੇ ਪਹਿਲਾਂ ਪਾਈਆਂ ਪਈਆਂ ਨਹੀਂ ਨਿਕਲਦਾ ਅਤੇ ਚੱਲ ਹੁਣ ਮਹਾਰਾਜ ਨੇ ਕਿਰਪਾ ਕਰਤੀ ਆਪਣੇ 'ਤੇ। ਕਿੰਨੀ ਦੇਰ ਤੋਂ ਪਾਉਂਦੇ ਆ ਰਹੇ? ਹੋ ਗਏ ਆਉਂਦਾ 50-60 ਸਾਲ ਹੀ ਹੋ ਗਏ ਪਾਉਂਦਿਆਂ ਦਾ, ਹਾਂ ਕਦੇ 100 ਆਈ ਪਾਲੀ, ਕਦੇ 50 ਆਈ, ਕਦੇ 20 ਆਈ ਪਾਲੀ ਅਤੇ ਨਿਕਲੀ ਕੋਈ ਵੀ ਨਹੀਂ। ਉਮਰ ਕਿੰਨੀ ਬਾਪੂ ਜੀ ਤੁਹਾਡੀ? ਇਹ ਘੱਟ 90 ਦੀ ਹੈਗੀ ਹੁਣ। 90 ਦੀ ਉਮਰ ਹੋ ਗਈ, ਕੰਮ ਕੀ ਕਰਦੇ ਹੋ? ਆਹਾ ਹੀ ਕਰਦੇ, ਰਕਸ਼ੀ ਨਹੀਂ ਹੁੰਦਾ। ਰਕਸ਼ਾ ਚਲਾਉਂਦੇ ਹੋ? ਹਾਂ। ਅਤੇ ਕਦੇ ਸੋਚਿਆ ਸੀ ਕਿ ਲਾਟਰੀ ਨਿਕਲੂਗੀ ਅੱਜ? ਨਹੀਂ। ਬਾਪੂ ਇਹ ਵੀ ਸੁਣਿਆ ਕਿ ਤੁਸੀਂ ਰਕਸ਼ੇ ਦੇ ਨਾਲ ਨਾਲ ਜਿਹੜੀ ਸੇਵਾ ਵੀ ਕਰਦੇ ਹੋ, ਮਿੱਟੀਆਂ ਪਾਉਂਦੇ ਹੋ ਸੜਕਾਂ ਦੇ ਉੱਤੇ, ਪਾਣੀ ਵੀ ਲਾਉਂਦੇ ਹੋ ਦਰੱਖਤਾਂ ਨੂੰ, ਹਾਂ ਕਿਵੇਂ ਮਨ ਦੇ ਵਿੱਚ ਖਿਆਲ ਆਇਆ? ਮਨ ਦੇ ਵਿੱਚ ਖਿਆਲ ਸੀ ਆਪਦੇ ਵਿੱਚ ਵੀ ਸੋਹਣੇ ਕੰਮ ਕਰੀਏ ਅਤੇ ਜਾਣੀ ਲੋਕਾਂ ਨੂੰ ਵੀ ਇਹੀ ਸਮਝਾਈਦਾ ਜੀ ਵੇਖੋ ਜੇ ਦਰੱਖਤ ਲਾਵਾਂਗੇ ਬੱਚਾ ਪਾਲਾਂਗੇ ਤਾਂ ਹੀ ਹੋਊਗਾ, ਕੋਈ ਛਾਂ ਹੀ ਮਾਰ ਲੂ ਕੋਈ। ਇਹੀ ਲੱਗਣ ਲੱਗੀ ਸੀਗੀ ਵੀ ਰਾਹ ਸਾਫ਼ ਕਰਾਂਗੇ, ਕੋਈ ਰਾਹੀ ਪਾਉਂਦੀ ਹਰੇਕ ਨੇ ਲੰਘਣਾ, ਇੱਥੇ ਆ ਲੈਣੀ ਕਹਿੰਦੀ ਸੇਵਾ ਹੀ ਮੇਰੀ ਵੀ ਇੱਥੇ ਕੋਈ ਕੀ ਪਤਾ ਕਿੱਥੋਂ ਦਾ ਬੰਦਾ ਲੰਘਣਾ। ਪਹਿਲਾਂ ਕਦੇ ਲਾਟਰੀ ਪਾਉਂਦੇ ਸੀ? ਪਾਈ ਸੀ ਲਾਟਰੀਆਂ, ਪਾਉਂਦੇ ਰਹੇ ਪਹਿਲਾਂ, ਆਹ ਹੁਣ 2 ਸਾਲਾਂ ਪਿੱਛੋਂ ਪਾਈ ਮੈਂ। ਬਾਪੂ ਜੀ 90 ਸਾਲ ਦੀ ਉਮਰ ਹੋ ਗਈ ਆ ਤੁਹਾਡੀ, ਅਤੇ ਕੋਈ ਦੁੱਖ ਤਕਲੀਫ ਜਿਵੇਂ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਜਿਵੇਂ? ਨਹੀਂ ਜੀ ਕੋਈ ਦੁੱਖ ਤਕਲੀਫ ਨਹੀਂ, ਕੋਈ ਨਹੀਂ, ਤਾਪ ਵੀ ਨਹੀਂ ਸ਼ੀਲ ਚੜ੍ਹਦਾ। ਬਾਪੂ ਜੀ ਕਦੇ ਘਰਦਿਆਂ ਨੇ ਰੋਕਿਆ ਨਹੀਂ ਗਿਆ ਵੀ 500 ਰੁਪਏ ਲਾਟਰੀ 'ਤੇ ਲਾਉਂਦੇ ਹੋ, ਕਾਹਦੇ ਵਾਸਤੇ ਪਾਉਂਦੇ ਹੋ, ਰਿਕਸ਼ਾ ਚਲਾ ਕੇ ਮਾੜੀ? ਕਿੰਨੇ ਕਿੰਨੇ ਮਾੜਾ ਮੋਟਾ ਬੁੜੀ ਗੱਲ ਹੋ ਜਾਂਦੀ, ਪਰ ਨੈੱਤ ਨਹੀਂ ਸੀ ਪਾਪਾ ਕਿਹੜਾ ਨੈੱਟ ਪਾਉਂਦੇ ਸੀ, ਕੀ ਕਹਿਣਾ ਕਿਤੇ ਸਾਰ ਪਿਛਾ ਕੱਢੀ ਪਾ ਦਿੱਤੀ ਮਾੜੀ ਮੋਟੀ 100 ਦੀ ਜਾਂ 200 ਦੀ, ਅਤੇ ਜਣੀ ਆਹ ਫਿਰ 500 ਵਾਲੀ ਮੈਂ ਜ਼ਰੂਰ ਪਾਈ। ਨਾ ਬਿਜਲੀ ਨਹੀਂ ਸੀ ਕੋਈ, ਕੋਈ ਬਿਜਲੀ ਨਹੀਂ ਸੀ। ਘਰ ਦੇ ਵਿੱਚ ਕੌਣ ਕੌਣ ਆ ਬਾਪੂ ਤੁਹਾਡੇ? ਘਰ ਦੇ ਵਿੱਚ ਘਰੇ ਕੌਣ? ਕਿੰਨੇ ਮੁੰਡੇ ਆ? ਕਿੰਨੇ ਮੁੰਡੇ? ਮੁੰਡੇ ਜੀ ਸੁੱਖ ਦਾ 4 ਆ ਮੇਰੇ, ਇੱਕ ਗੁੱਡੀ ਆ ਅਤੇ 4 ਮੁੰਡੇ ਆ, ਸਾਰੇ ਵਿਆਹ ਆ। ਕੀ ਕਰੋਗੇ ਬਾਪੂ ਇੰਨੇ ਪੈਸਿਆਂ ਦਾ? ਪੈਸਿਆਂ ਦਾ ਬਸ ਇਹਨਾਂ ਨੇ ਘਰ ਘੁਰ ਪਾ ਲਿਆ, ਕੋਈ ਪਲਾਟ ਖਰੀਦ ਦਿਆਂਗੇ ਇਹਨਾਂ ਨੂੰ ਛੋਟਾ ਘੜਾ। ਤੁਹਾਡੀ ਗੱਡੀ ਗੁੱਡੀ ਲਾਉਂਗੇ ਕਿ ਰਿਕਸ਼ੇ ਦੀ? ਵੇਖੂਗਾ ਮੈਂ ਲੋੜ ਹੋਈ, ਮੈਂ ਤਾਂ ਰਿਕਸ਼ਾ ਹੀ ਚਲਾਉਣਾ ਹਜੇ। ਰਿਕਸ਼ਾ ਚਲਾਉਣਾ? ਹਾਂ ਹਜੇ ਵੇਖੋ ਜੇ ਜਿੰਨੀ ਜ਼ਿੰਦਗੀ ਤਾਂ ਹੈ, ਪਰ ਤੰਦਰੁਸਤੀ ਦੀ ਸਭ ਵੱਡੀ ਤਾਂ ਖੇਡ ਦਾ, ਕਿਉਂ ਉਮਰ ਦੇ ਲਿਹਾਜ਼ ਨਾਲ ਚੱਲੀਏ ਹਜੇ ਸਰੀਰ ਸੈੱਟ ਆ, ਕਿਉਂ ਨਸ਼ਾ ਕੋਈ ਹੈ ਨਹੀਂ, ਰੋਟੀ ਖਾਈ ਦੀ ਰੱਜ ਕੇ ਵਧੀਆ, ਜਾਣੀ ਦੰਦ ਵੀ ਨਿਕਲੇ ਮੇਰੇ ਆਊਗਾ ਹੁਣ ਤਾਂ, ਅਤੇ ਜਾਣੀ ਰੋਟੀ ਰਾਟੀ ਖਾ ਲਈ ਜੀ ਵਧੀਆ। ਸੇਵਾ ਵੀ ਐਂ ਕਰਾਂਗੇ? ਸੇਵਾ ਵੀ ਐਂ ਕਰਾਂਗੇ। ਅਤੇ ਬੱਚੇ ਵੀ ਕੰਮ ਕਰਦੇ ਨੇ? ਬੱਚੇ ਜੀ ਇੱਕ ਸ਼ੈਲਰ 'ਤੇ ਕੰਮ ਕਰਦਾ, ਮੈਂ ਟਰੈਕਟਰ 'ਤੇ ਲਾਉਂਦਾ, ਇੱਕ ਮੁੰਡਾ ਮੇਰਾ ਮਿਸਤਰੀ ਆ, ਇੱਕ ਰੰਗ ਦਾ ਕਰਦਾ, ਅਤੇ ਆਪਦੇ ਆਪੋ ਆਪਣੇ ਟੱਬਰ ਵਧੀਆ ਪਾ ਜਾਂਦੇ, ਇੱਕ ਦੇ ਨਾਲ ਅਤੇ ਨੱਡ ਆ ਧੰਨਵਾਦ ਜੀ, ਬਹੁਤ ਬਹੁਤ ਖੁਸ਼ੀ ਹੋਈ ਆ ਜੀ ਸਾਨੂੰ, ਸਾਡੀ ਲਾਟਰੀ ਨਿਕਲੀ ਆ ਜੀ ਸਾਡੇ ਡੈਡੀ ਜੀ ਦੇ ਵੱਲੋਂ, ਸਾਨੂੰ ਵੀ ਅਸੀਂ ਵੀ ਪੈਰ ਉੱਥੇ ਖੜ੍ਹੇ ਹੋ ਗਏ ਹਾਂ, ਸਾਡਾ ਬਾਲ ਬੱਚੇ ਦਾ ਵੀ ਪੈਰ ਲੱਗ ਗਿਆ ਵੀ, ਸਾਡੇ 'ਤੇ ਪਹਿਲਾਂ ਗਰੀਬੀ ਬਹੁਤ ਸੀਗੀ। ਕਦੋਂ ਤੋਂ ਪਾ ਰਹੇ ਲਾਟਰੀ ਬਾਪੂ ਜੀ? ਲਾਟਰੀ ਬਹੁਤ ਚਿਰ ਤੋਂ ਜੀ ਪਾ ਰਹੇ ਸੀਗੇ। ਅਤੇ ਕਦੇ ਕਿਹਾ ਨਹੀਂ ਗਿਆ ਆਪਦੇ ਹਸਬੈਂਡ ਨੂੰ ਇਹਨਾਂ ਨੂੰ ਰੋਕਣ ਕਿ ਐਵੇਂ ਲਾਟਰੀਆਂ ਪਾ? ਨਹੀਂ ਆਇਆ ਨਹੀਂ ਸੀ ਕਦੇ ਕਿਹਾ ਜੀ, ਕਿਉਂਕਿ ਰਿਕਸ਼ਾ ਚਲਾਉਂਦੇ ਨੇ, ਬੜਾ ਮਿਹਨਤਾਨਾ ਕੰਮ ਹੈ, 500 ਰੁਪਏ ਦੀ ਲਾਟਰੀ ਪਾਣੀ ਬਹੁਤ ਵੱਡੀ ਗੱਲ ਹੈ। ਨਹੀਂ ਜੀ ਉਹਨੇ ਤਾਂ ਸਾਡੇ ਡੈਡੀ ਜੀ ਕੋਲੇ ਹੁੰਦੇ ਹੀ ਆ ਜੀ। 90 ਸਾਲ ਦੀ ਉਮਰ ਹੋ ਗਈ ਬਾਪੂ ਜੀ ਦੀ, ਇੰਨੀ ਮਿਹਨਤ ਮਜ਼ਦੂਰੀ ਕਰਦੇ ਨੇ? ਹਾਂਜੀ ਮਿਹਨਤ ਮਜ਼ਦੂਰੀ ਬਹੁਤ ਕੀਤੀ ਇਹਨਾਂ ਨੇ, ਯਾਤਰਾ 'ਤੇ ਵੀ ਲੈ ਕੇ ਜਾਂਦੇ ਰਹੇ, ਪਰ ਜਦੋਂ ਹਨੇਰੇ ਆਉਂਦੇ ਸੀ ਨਾ ਵੀ ਦਰੱਖਤਾਂ ਦੀ ਸੜਕਾਂ ਦੀ ਸੇਵਾ ਕਰਦੇ, ਹਨੇਰੇ ਆਉਂਦੇ ਸੀ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਵੀ ਜਾਂਦੇ ਸੀ, ਮਹਾਰਾਜ ਵੱਲੋਂ ਵੇਲਾ ਆਪਦੇ ਆਪ ਉੱਠ ਕੇ ਘਰ ਆ ਜਾਂਦੇ, 2-3 ਵਾਰੀ ਇਹਨਾਂ ਦੇ ਇੰਸੀਡੈਂਟ ਵੀ ਕਰਕੇ ਸੁੱਟ ਜਾਂਦੇ ਸੀਗੇ, ਇਹ ਆਪਦੇ ਆਪ ਉੱਠ ਕੇ ਘਰ ਆ ਜਾਂਦੇ, ਇੰਨੀ ਮਹਾਰਾਜ ਦੀ ਕਿਰਪਾ ਸਾਡੇ ਡੈਡੀ 'ਤੇ।
हाँ जी हाँ जी तीर्थां ते जांदे सी यात्रा ते जांदे सी सेवा लेके जांदे सीगे वी यात्रा कराउण जांदे सी दो एक ये हुंदा सी डैडी जी दो होर हुंदे सी आदमी वी उहनां नूं यात्रा कराउण जांदे सी लगदा इन्नी सेवा करन दा मुल जिहड़ा मुड़ गया अज्ज हाँ जी बहुत धन्नवाद वी साडा जिहड़ा पिंड दा मुख्यमंत्री काका जी चाचा जी चाची जी उहनां नूं वी धन्नवाद जी थैंक यू जी मनजीत कौर जी वधाइयां लाटरी लगी है तुहानूं किन्नी खुशी हो रही है बहुत खुशी है जी ओहदे नाल ही सानूं खुशी ਉਹ ਸੇਵਾ ਬਹੁਤ ਕਰਦੇ ਆ ਸੇਵਾ ਨੂੰ ਅੱਜ ਉਹਨਾਂ ਨੂੰ ਫਲ ਲੱਗ ਗਿਆ ਕਦੇ ਸੋਚਿਆ ਸੀਗਾ ਕਿ ਇਹਨੇ ਨਹੀਂ ਜੀ ਸੋਚਿਆ ਜਦੋਂ ਮਾਲਕ ਨੇ ਦਿੱਤੇ ਉਹਦੇ ਸੋਚਿਆ ਕਰਨਾ ਕੀ ਹੈ ਪੈਸੇ ਦਾ ਪੈਸੇ ਦੇ ਵੀ ਬੱਚਿਆਂ ਨੂੰ ਮਕਾਨ ਪਾ ਦਿਆਂਗੇ ਕੋਈ ਪਲਾਟ ਖਰੀਦ ਦਿਆਂਗੇ ਹਾਂਜੀ ਹੋਰ ਜੇ ਉਹਨਾਂ ਨੇ ਕੋਈ ਚੀਜ਼ ਮੰਗੀ ਤਾਂ ਲੈ ਜਾਵਾਂਗੇ ਗੱਡੀ ਗੁੱਡੀ ਰਿਕਸ਼ਾ ਚਲਾਉਂਦਾ ਕਦੇ ਕਿਹਾ ਨਹੀਂ ਗਿਆ ਵੀ ਤੁਸੀਂ ਲਾਟਰੀਆਂ ਕਿਉਂ ਬੰਨੇ ਨਹੀਂ ਜੀ ਮੈਂ ਨਹੀਂ ਕਿਹਾ ਇੱਕ ਵਾਰੀ ਕਹਿੰਦੀ ਹੁੰਦੀ ਮੁੜ ਕੇ ਦੂਜੀ ਵਾਰ ਨੂੰ ਮੈਂ ਕਿਹਾ ਕਿ ਉਹ ਸਾਡੇ ਉਹਨਾਂ ਨੇ ਆਖੇ ਤਾਂ ਲੱਗਣਾ ਨਹੀਂ ਹੁਣ ਰਸ਼ਕੇ ਤੋਂ ਕਿਹਾ ਸੀ ਮੈਂ ਕੱਲ੍ਹ ਮੈਂ ਕਿਹਾ ਵੀ ਰਸ਼ਕਾ ਨਹੀਂ ਚਲਾਉਣਾ ਕਹਿੰਦੇ ਨਹੀਂ ਰਸ਼ਕਾ ਤਾਂ ਮੈਂ ਚਲਾਉਣਾ ਚਲਾਉਣਾ ਕੱਲ੍ਹ ਕਾਕੇ ਉਹਨਾਂ ਨੂੰ ਵੀ ਕਹਿਤਾ ਉਹਨਾਂ ਨੇ ਕਹਿੰਦੇ ਨਹੀਂ ਕਿਹਾ ਨਹੀਂ ਹੁਣ ਪੈਸੇ ਆ ਗਏ ਗੱਡੀ 'ਤੇ ਜਾਏਗਾ ਨਹੀਂ ਨਹੀਂ ਗੱਡੀ 'ਤੇ ਨਹੀਂ ਜੀ ਆਪਾਂ ਸ਼ੋਅ ਨਹੀਂ ਕਰਨਾ ਬਾਪੂ ਮਾਤਾ ਸੇਵਾ ਵੀ ਕਰਦਾ ਸੀਗਾ ਮਿੱਟੀ ਪਾਉਂਦਾ ਸੀ ਬਹੁਤ ਮੈਂ ਦਰਖਤਾਂ ਦੀ ਸੇਵਾ ਕਰਦਾ ਸੀ ਤੀਰਥਾਂ 'ਤੇ ਲੋਕਾਂ ਨੂੰ ਲੈ ਕੇ ਜਾਂਦਾ ਸੀ ਮੈਂ ਆਪ ਸਾਈਕਲ 'ਤੇ ਗਈ ਹਾਂ ਨੇਪਾਲ ਮੋਚ ਨੇ ਸਾਈਕਲ 'ਤੇ ਗਏ ਹਾਂਜੀ ਲੈ ਕੇ ਸਾਈਕਲ 'ਤੇ ਜਾਣਾ ਇਹਨਾਂ ਨੇ ਮੈਨੂੰ ਜਿੱਥੇ ਤੀਰਥ 'ਤੇ ਜਾਣਾ ਸਾਈਕਲ 'ਤੇ ਜਾਂਦੇ ਰਹੇ ਅਸੀਂ ਬਹੁਤ ਸੇਵਾ ਕੀਤੀ ਸੇਵਾ ਦਾ ਮੁੱਲ ਮਿਲਿਆ ਹਾਂਜੀ ਅੱਜ ਸੇਵਾ ਦਾ ਮੁੱਲ ਮਿਲਿਆ ਅੱਗੇ ਵੀ ਕਈ ਵਾਰ ਲੋਟਰੀ ਪਾਈ ਹੈ ਪਾਈ ਸੀ ਬਹੁਤ ਵਾਰੀ ਜੀ ਨਿਕਲਦੀ ਨਹੀਂ ਸੀ ਅੱਖਰ ਕਿਤੇ ਇੱਕ ਘੱਟ ਜਾਂਦਾ ਸੀ ਕਿਤੇ ਦੋ ਘੱਟ ਜਾਂਦੇ ਸੀ ਬਸ ਆਹ ਸਹੀ ਮਹਾਰਾਜ ਨੇ ਜਦੋਂ ਦੇਣਾ ਹੁੰਦਾ ਨਾ ਉਹ ਛੱਤਰ ਪਾਲ ਕੇ ਦਿੰਦਾ